ਤਾਂ ਉਹ ਗਫੂਰ ਸਾਹਿਬ ਤਾਂ ਆਫਤਾਬ ਸਾਹਿਬ ਗਏ ਉੱਠੀ ਨਹੀਂ ਜੀ ਤੱਕ ਘੋੜਿਆਂ ਨਾਲ ਜ਼ਰਾ ਫਰੈਂਕ ਹੋਈਗੇ ਨਾ ਅਬ ਮੈਂ ਤੂੰ ਦੂਰ ਹੀ ਜ਼ਰਾ ਆਏ ਹੈਲੋ ਕਰੀ ਰਹੀ ਹੈ ਠੀਕ ਹੈ ਕੰਮ ਬੇਸ਼ੱਕ ਹੈ ਜੀ ਇਹ ਗੁਫ਼ਤਗੂ ਕਰਸਾਂ ਤਾਂ ਫਿਰ ਇਜਾਜ਼ਤ ਕਰਸਾਂ ਤੋਂ ਕੋਲ ਇਹ ਵੀ ਆ ਗਿਆ ਜੀ ਓਹੋ ਹੋ ਬਿਸਮਿਲ੍ਲਾਹਿਰ ਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਰਿਜ਼ਵਾਨ ਸੁਲਤਾਨ ਵੈਲਕਮ ਕਰਨਾ ਸੋ ਕਿ ਆਪਣੇ ਚੈਨਲ ਦੇਸ਼ ਨੂੰ ਪ੍ਰਦੇਸ਼ ਵਿੱਚ ਥੋੜ੍ਹੇ ਜਿਹੇ ਕਨਫਿਊਜ਼ ਹੋ ਸੋ ਜੀ ਸਾਰੇ ਵਿਊਜ਼ ਤੱਕਣੇ ਵਾਲੇ ਵੀ ਕਿ ਸੜਕ ਕੋਈ ਨਵੀਂ ਜੀ ਦਿਸਣੀ ਹੈ ਕਿ ਮੈਂ ਇੱਥੇ ਪਹਿਲੇ ਕੋਈ ਵੀਡੀਓ ਸ਼ੀਡੀਓ ਨਹੀਂ ਬਣਾਈ ਜ਼ਿਆਦਾ ਸਸਪੈਂਸ ਵਿੱਚ ਤੋਂ ਕਿ ਨਾ ਪਾਉਣਾ ਜੀ ਤਾਂ ਮੈਂ ਦੱਸੀ ਹੋਰ ਨਵਾਂ ਮੈਂ ਇਸ ਲਈ ਮੌਜੂਦ ਹਾਂ ਜੀ ਪਾਕਿਸਤਾਨ ਦੇ ਸ਼ਹਿਰ ਜੇਹਲਮ ਨਾ ਇੱਕ ਗ੍ਰਾਮ ਹੈ ਜਿਸ ਦਾ ਨਾਂ ਹੈ ਕੜੀ ਸੰਗੋਈ ਸ਼ਰੀਫ ਨਾਲ ਹੈ ਠੀਕ ਹੈ ਬਾਜ਼ਾਰ ਸੰਗੋਈ ਸ਼ਰੀਫ ਨੇ ਜਿਹੜਾ ਤਾਂ ਪਿੱਛੇ ਹੱਥੋਂ ਤੱਕ ਹੀ ਕਿਹਨੂੰ ਲਿਖਿਆ ਹੋਇਆ ਜੀ ਚੌਧਰੀ ਫਜ਼ਲ ਰਹਿਮਾਨ ਸ਼ਫੀਕ ਸਾਬਕ ਨਾਜ਼ਮ ਠੀਕ ਹੈ ਜੀ ਇਹ ਨਾਜ਼ਮ ਵੀ ਰਹਿ ਚੁੱਕੇ ਤਾਂ ਸਾਡੇ ਦੋਸਤ ਨੇ ਜੀ ਤੁਸੀਂ ਕੀ ਬੈਕਗ੍ਰਾਊਂਡ ਥੋੜ੍ਹਾ ਜਿਹਾ ਦੱਸੀ ਹੋਣਾ ਕਿ ਇਹ ਵੋਕਿੰਗ ਹੋਣੇ ਨੇ ਸਰੇ ਕਾਉਂਟੀ ਨਾਲ ਜਿਹੜਾ ਨਿੱਕਾ ਜਿਹਾ ਵਿਲੇਜ ਹੈ ਵੋਕਿੰਗ ਉੱਥੇ ਹੋਣੇ ਨੇ ਅਤੇ ਉੱਥੇ ਦੀਆਂ ਸਾਰੀਆਂ ਅਸਾਇਸ਼ਾਂ ਛੋੜੀ ਛਾੜੀ ਅਤੇ ਇੱਥੇ ਗ੍ਰਾਮ ਵਿੱਚ ਡੇਰਾ ਲਾਇਆ ਨੇ ਪੁੱਛਣੀ ਕਿਹੜਾ ਚਿਲਾ ਕੱਟ ਰਹੇ ਨੇ ਇੱਥੇ ਤਾਂ ਕਹਿ ਮਸਰੂਫੀਆਤ ਨੇ ਤਾਂ ਕੈਸੀ ਜ਼ਿੰਦਗੀ ਇੰਜੋਏ ਕਰੀ ਰਹੇ ਨੇ ਇਹ ਉਹਨਾਂ ਨੇ ਡੇਰੇ ਨੇ ਬਾਹਰ ਇੰਟਰੋ ਕਰਾਉਣਗੇ ਜਿੱਥੇ ਕਿ ਟ੍ਰੈਫਿਕ ਰਵਾਂ ਦਵਾਂ ਹੈ ਵੀ ਥੋੜ੍ਹਾ ਜਿਹਾ ਪੋਸਟ ਪੋਂਡ ਕਰਨਾ ਪੈਣਾ ਵਾ ਜਿਹੜੇ ਟ੍ਰੈਫਿਕ ਜ਼ਿਆਦਾ ਹੋਣੀ ਆ ਜ਼ਾਹਰ ਮਾਇਕ ਕੋਈ ਲੱਗੇ ਵੇ ਤਾਂ ਅੰਦਰ ਜੋਲਨੇ ਆ ਜੀ ਤੁਸੀਂ ਕੀ ਡੇਰੇ ਦੀ ਸੈਰ ਕਰਾਉਣੇ ਆ ਅੱਜ ਮਾਸ਼ਾ ਅੱਲਾ ਮੈਂ ਆਖਣਾ ਪਏ ਸੀ ਸਾਰਿਆਂ ਤੋਂ ਪਹਿਲੇ ਜੈਸਾ ਤੁਸੀਂ ਡੇਰੇ ਨੇ ਅੰਦਰ ਬਣਨੇ ਹੋ ਰਾਈਟ ਹੈਂਡ ਸਾਈਡ ਤੱਕ ਹੀ ਕਿਨੋ ਪੁਰਾਣੀ ਛੋਟੀ ਜਿਹੀ ਮਸਜਿਦ ਹੈ ਜਿਹਨੇ ਵੀ ਹਿਸਟਰੀ ਪੁੱਛਣੀ ਆ ਚੌਧਰੀ ਸਾਹਿਬ ਕੋਲੋਂ ਚੌਧਰੀ ਫਜ਼ਲ ਸਾਹਿਬ ਕੋਲੋਂ ਤਾਂ ਅਸਾਂ ਇੱਥੇ ਅਸਰ ਨੇ ਨਮਾਜ਼ ਪੜ੍ਹੀ ਆ ਉਹਨਾਂ ਖੁਸ਼ਕਿਸਮਤੀ ਹੈ ਸਾਰੀ ਤਾਂ ਟਾਈਮ ਹੋਇਆ ਤਾਂ ਬੰਦੇ ਵੀ ਤੁਸੀਂ ਦੱਸਣੇ ਕਿਹੜੇ ਕਿਹੜੇ ਆਏ ਮੈਂ ਸਾਰੇ ਤਾਂ ਅੰਦਰ ਆਓ ਜੀ ਤੁਸੀਂ ਡੇਰੇ ਦੀ ਸੈਰ ਕਰਾਉਣੇ ਚੱਲਣੇ ਠੀਕ ਹੈ ਜੀ ਸਾਰਿਆਂ ਤੋਂ ਪਹਿਲੇ ਮਸਜਿਦ ਤੋਂ ਅੱਗੇ ਜਨਾਬ ਇਹਨਾਂ ਆਪਣਾ ਜਿਹੜਾ ਇਹ ਘੋੜਿਆਂ ਦੇ ਸ਼ੌਕੀਨ ਘੋੜੇ ਦੋ ਵੀ ਤਕਸੋ ਤੋਂ ਤਾਂ ਇਹ ਦਾਂਦ ਵੀ ਤਕਸੋ ਇਹਨਾਂ ਰੱਖੇ ਹੋਏ ਨੇ ਆਪਣੀ ਸ਼ੌਕ ਦੇ ਮੁਤਾਬਕ ਤਾਂ ਤਬੀਤ ਤੋਂ ਸੋਹਣੀਆਂ ਖੁਸ਼ ਹੋ ਸਮਝੀ ਤੱਕੀ ਤਾਂ ਇਹ ਤੱਕੋ ਜੀ ਡੇਰਾ ਪੋਸ਼ ਹੋ ਜਿਹੜਾ ਆਪਣਾ ਦੇਸੀ ਸਟਾਈਲ ਵਿੱਚ ਮੈਂ ਤੁਹਾਨੂੰ ਦੱਸਾਂ ਇਹ ਰੱਖਿਆ ਹੋਇਆ ਇਹਨਾਂ ਅਤੇ ਅੱਗੇ ਅੱਗੇ ਆਹਿਸਤਾ ਆਹਿਸਤਾ ਜਨਾਬ ਤੁਸੀਂ ਦੱਸਣੇ ਚੁਣਨੇ ਅਤੇ ਫਿਰ ਤੁਸੀਂ ਤੱਕੋ ਜੀ ਖੂਬਸੂਰਤੀ ਤੱਕੋ ਤੁਸੀਂ ਇਹਨਾਂ ਡੇਰੇ ਨੇ ਮਾਸ਼ਾ ਅੱਲਾ ਅਪਰ ਵੀ ਇਹਨਾਂ ਕਮਰੇ ਸ਼ਮਰੇ ਵੀ ਬਣਾਏ ਹੋਏ ਨੇ ਜੀ ਤੱਕੋ ਇੱਕ ਦੋ ਆਪਣੀ ਰਿਹਾਇਸ਼ ਸ਼ਾਇਸ਼ ਤਾਂ ਕਮਰੇ ਵੀ ਬਣਾਏ ਹੋਏ ਨੇ ਇੱਕ ਦੋਸਤ ਯਾਰ ਕੇ ਉਹਦੇ ਪਰ ਮਹਿਮਾਨ ਸ਼ਾਨ ਮੌਸਮ ਦੇ ਮੁਤਾਬਕ ਅੱਗੇ ਅੱਗੇ ਇੱਥੇ ਜਾਣੇ ਜੀ ਇਹ ਤੱਕੋ ਜੀ ਮਾਸ਼ਾ ਅੱਲਾ ਇਹ ਸਾਰੇ ਦੋਸਤ ਮੈਂ ਤੁਹਾਨੂੰ ਕੀ ਦੱਸਿਆ ਚੌਧਰੀ ਫਜ਼ਲ ਰਹਿਮਾਨ ਸ਼ਫੀਕ ਸਾਹਿਬ ਅਤੇ ਉਹਨਾਂ ਨੇ ਬੜੇ ਭਾਈ ਨੇ ਆ ਜੀ ਚੌਧਰੀ ਮੁਹੰਮਦ ਲਤੀਫ ਸਾਹਿਬ ਠੀਕ ਇਹ ਵੀ ਵੋਕਿੰਗ ਹੋਣੇ ਨੇ ਜੀ ਅਤੇ ਤੱਕੀ ਕਿਨੋ ਇਹਨਾਂ ਨੇ ਫੈਮਿਲੀ ਪਿਕਚਰ ਲੱਗੀ ਵੀ ਹੈ ਜੀ ਅਤੇ ਬੜਾ ਦੇਸੀ ਮਾਹੌਲ ਹੈ ਪੇਂਟਿੰਗ ਸ਼ੇਂਟਿੰਗ ਵੀ ਅਬਸ਼ਾਰਾਂ ਨੇ ਲੱਗੀ ਵੀ ਹੈ ਅਤੇ ਸ਼ਾਰਟ ਜਿੱਥੋਂ ਗਿਆ ਤਾਂ ਤੱਕੋ ਡੇਰਾ ਜੱਟਾਂ ਦਾ ਹਵੇਲੀ ਹਲੇ ਇਹ ਯਾਦ ਰੱਖਿਆ ਡੇਰਾ ਜੱਟਾਂ ਦਾ ਹਵੇਲੀ ਹਲੇ ਇਹਨਾਂ ਨੇ ਲੋਗੋ ਹੈ ਅੱਗੇ ਅੱਗੇ ਆਏ ਜਾਣੇ ਜੀ ਤੱਕੀ ਕਿਨੋ ਤੁਸੀਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੱਕੀ ਕਿਨੋ ਤੁਸੀਂ ਤਬੀਤਾਂ ਸਾਫ਼ ਹੋ ਜਾਣਗੀਆਂ ਕੋਈ ਤੱਕੋ ਤੁਸੀਂ ਇਸ ਤਰ੍ਹਾਂ ਪਤਾ ਲੱਗਣਾ ਜੀ ਤੱਕੋ ਨਾਲ ਮਹਿਮਾਨਾਂ ਨੂੰ ਵੀ ਮੈਂ ਤੁਹਾਨੂੰ ਤਾਰਫ ਨਹੀਂ ਕਰਾਇਆ ਮਹਿਮਾਨ ਨਹੀਂ ਪਾਰਟਨਰ ਮਾੜੇ ਨਾਲ ਜਿਹੜੇ ਆਏ ਮੈਂ ਆਖਣਾ ਚਾਹੀਦਾ ਚੌਧਰੀ ਗਫੂਰ ਲਤੀਫ ਨਵਰਦਾਰ ਸਾਹਿਬ ਅਬਦੁਲ ਆਫਨਾ ਭੁੱਲੀ ਗਿਆ ਚਲੋ ਨਾਲ ਲੈ ਕੇ ਨੇ ਅਤੇ ਸੈਯਦ ਅਫਤਾਬ ਹੁਸੈਨ ਸ਼ਾਹ ਸਾਹਿਬ ਇਹ ਅਸਾਂ ਇਕੱਠੇ ਆਏ ਹਾਂ ਜੀ ਤਰੇ ਬੰਦੇ ਮੁਲਾਕਾਤ ਕਰਨੇ ਤਾਂ ਚੌਧਰੀ ਫਜ਼ਲ ਸਾਹਿਬ ਨਾਲ ਮੈਂ ਸਾਲ ਦੋ ਸਾਲ ਹੋਈ ਗਏ ਜੀ ਗਫੂਰ ਮੈਨਸ਼ਨ ਕਰਨਾ ਸੀ ਕਿ ਜੁਲਨੇ ਕੁਦਰਾ ਚੌਧਰੀ ਉਹਨਾਂ ਨੇ ਜੁਲਨੇ ਤਾਂ ਮਾੜਾ ਦਿਲ ਵੀ ਐਸੀ ਖੁਆਇਸ਼ ਵੀ ਐਸੀ ਉਹਲਾ ਨਵਾਂ ਨਵਾਂ ਚੈਨਲ ਬਣਾਇਆ ਸੀ ਮੈਂ ਕਿ ਚਲੋ ਇਹ ਡੇਰੇ ਨਹੀਂ ਕੋਈ ਫਿਲਮ ਬਣਾਉਣੇ ਆ ਅੱਜ ਤੱਕ ਮਾੜੇ ਚੈਨਲ ਪਰ ਕੋਈ ਡੇਰੇ ਨਹੀਂ ਫਿਲਮ ਨਹੀਂ ਤਾਂ ਉਹ ਪਹਿਲਾ ਇਜਾਜ਼ ਇਹ ਚੌਧਰੀ ਉਹਨਾਂ ਨੇ ਡੇਰੇ ਕੀ ਹੈ ਕਿ ਮਾੜੇ ਚੈਨਲ ਪਰ ਵੀ ਜਿਹੜਾ ਇਹ ਇੱਕ ਯਾਦਾਸ਼ਤ ਰਹੇ ਸੀ ਅਤੇ ਗੱਪ ਸ਼ੱਪ ਵੀ ਹੋਣੀ ਆ ਇਹਨਾਂ ਨਾਲ ਜੀ ਤਾਂ ਸ਼ਾਮ ਦਾ ਟਾਈਮ ਹੈ ਮਗਰਬ ਕੀ ਤਕਰੀਬਨ ਰਹਿਣਾ ਜੀ ਕੋਈ ਅੱਧਾ ਕੁ ਘੰਟਾ ਰਹਿਣਾ ਬੜਾ ਖੂਬਸੂਰਤ ਆਈਡੀਅਲ ਟਾਈਮ ਹੋਣਾ ਹੈ ਪਾਕਿਸਤਾਨ 'ਚ ਸਪੈਸ਼ਲੀ ਗਰਮੀਆਂ 'ਚ ਠੀਕ ਹੈ ਜੀ ਜਨਵਰੀ ਇਹਨਾਂ ਨੂੰ ਤੁਸੀਂ ਦੱਸਣੀ ਜੀ ਤਾਂ ਫਿਰ ਬਈ ਤਾਂ ਥੋੜ੍ਹੀ ਜਿਹੀ ਹਿਸਟਰੀ ਚੌਧਰੀ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰ ਸਾਂ ਕਿ ਇੰਗਲੈਂਡ ਛੋੜੀ ਤਾਂ ਇੱਥੇ ਆਏ ਤਾਂ ਕੁਤਰਾ ਮੁਤਰਾ ਕਰਨੇ ਨੇ ਤੱਕੋ ਮਸ਼ੀਨਾਂ ਲੱਗੀਆਂ ਵਾ ਜੀ ਇਹ ਤੱਕੋ
ਤਾਂ ਪੇਟ ਛੇਟ ਮਾੜੇ ਰੋਟੀ ਹੋਣੇ ਸਨ ਤਾਂ ਹੁਣ ਹੌਲੀ ਹੋਈ ਮੈਨੂੰ ਛੰਡਿਆ ਮੈਨੇ ਜ਼ਹਿਰ ਹੈ ਫਿਰ ਉਹ ਕੁਤਰਾ ਮੁਤਰਾ ਕਰਨੇ ਨਾ ਜੀ ਤੱਕ ਉਹ ਜਾਨਵਰਾਂ ਦਾ ਦੰਦ ਰੱਖੇ ਮੈਨੇ ਜੀ ਘੋੜੇ ਰੱਖੇ ਮੈਨੇ ਹਾਏ ਹਾਏ ਮਾਸ਼ਾ ਅੱਲਾ ਅਸਲਾਮ ਵਾਲੇਕੁਮ ਜੀ ਸਾਹਿਬ ਓ ਬਿਸਮਿਲਲਾ ਚੌਧਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤਾਂ ਹੁਣ ਜੋਲਨੇ ਉੱਥੋਂ ਕਿ ਜਾਨਵਰ ਦੱਸਣੇ ਆ ਜੀ ਅੰਦਰ ਮਾਸ਼ਾਅੱਲਾ ਬੜੇ ਪਿਆਰੇ ਬੜੇ ਖੂਬਸੂਰਤ ਜਾਨਵਰ ਦਾਂਦਾਂ ਨਾਲ ਵੀ ਤੁਸਾਂ ਦੀ ਤੱਕੀ ਕਿਨੋਂ ਤੁਸਾਂ ਮੁਲਾਕਾਤ ਕਿਆ ਕਰਾਉਣੀ ਆ ਦਾਂਦ ਦੱਸਣੇ ਆ ਤੁਸਾਂ ਕੀ ਤਾਂ ਘੋੜੇ ਵੀ ਦੱਸਣੇ ਆ ਜੀ ਤੱਕੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਵੀ ਨਾਲ ਆਖੀ ਜਾਓ ਸਾਰੇ ਤੱਕਣੇ ਵਾਲੇ ਤਾਂ ਕਿਤਨੇ ਖੂਬਸੂਰਤ ਜਾਨਵਰ ਨੇ ਜੀ ਤੇ ਇਹ ਚੋਈ ਸਾਹਿਬ ਨੇ ਸ਼ੌਕ ਹੈ ਜੀ ਤਾਂ ਥੋੜ੍ਹਾ ਬਹੁਤ ਪੁੱਛਣਾ ਇਹਨਾਂ ਕੋਲੋਂ ਕਿਤਨਾ ਅਰਸਾ ਹੈਗਾ ਚੋਈ ਜੀ ਇਹ ਦਾਂਦ ਰੱਖੇ ਹੋ ਕਿਤਨਾ ਅਰਸਾ ਹੈਗਾ ਇਹ ਨਿੱਕੇ ਨਿੱਕੇ ਬੱਚੇ ਸਨ ਜਿਹੜਾ ਆਉਂਦੇ ਅੱਛਾ ਮੰਡੀ ਆਏ ਸਨ ਤਾਂ ਹੁਣ ਤਾਂ ਮਾਸ਼ਾਅੱਲਾ ਦੁੰਦੇ ਹੋਏ ਤਾਂ ਇੱਕ ਉਹਨਾਂ ਨੂੰ ਸ਼ੁਗਲ ਸ਼ਗਲ ਵੀ ਕਰਨੇ ਹੋ ਜਿੱਥੇ ਸਾਡੀ ਰਵਾਇਤ ਹੈ ਫਿਲਹਾਲ ਕੋਈ ਨਹੀਂ ਆ ਨਹੀਂ ਹੁਣ ਮੌਸਮ ਠੀਕ ਹੋਇਆ ਤਾਂ ਟ੍ਰੇਨ ਕਰ ਸਕਦੇ ਇਹ ਦੋ ਦੌੜ ਲੱਤ ਨਹੀਂ ਆ ਦੂਏ ਹੋਣੇ ਤਰੀਕ ਚੱਲਣੇ ਦੌੜ ਨਹੀਂ ਦੌੜ ਜਿਹੜੇ ਪਾਸੇ ਲਾ ਮਾਸ਼ਾਅੱਲਾ ਜੀ ਤੱਕੋ ਜਾਨਵਰ ਕਿਤਨੇ ਖੂਬਸੂਰਤ ਨੇ ਮਾਸ਼ਾਅੱਲਾ ਇਹ ਬੈਲ ਦਾਂਦ ਜਿੰਨੇ ਕਿਹਾ ਨੇ ਆਪਣੀ ਜ਼ਬਾਨਾਂ ਵਿੱਚ ਤਾਂ ਨਾਂ ਲੱਗਿਆ ਉਹ ਗਈਆਂ ਜੀ ਜਾ ਉਹ ਗਈਆਂ ਤਾਂ ਗਈਆਂ ਨੇ ਦੁੱਧ ਚਲਸੀ ਅੱਜ ਅਸਾਂ ਜਿਹੜੀ ਚਾਹ ਪੀਸੋਂ ਗਈਆਂ ਨੇ ਦੁੱਧ ਅੱਜ ਗਈਆਂ ਨੇ ਪਤਲਾ ਦੁੱਧ ਚੰਗਾ ਹੋਣਾ ਠੀਕ ਆ ਉੱਥੇ ਵੀ ਤਾਂ ਗਈਆਂ ਨੇ ਪੀਣੀਆਂ ਤੇ ਇਹ ਡੇਰੇ ਪਰ ਉੱਥੇ ਬੇਸ ਜੀ ਤਾਂ ਚੌਧਰੀ ਇਹਨਾਂ ਨੇ ਜ਼ਰਾ ਮਜ਼ੀਦ ਗੱਪ ਲਾਸਾਂ ਕੀਤਾ ਤੁਸੀਂ ਖਾਲੀ ਜਾਨਵਰਾਂ ਕੀ ਤੱਕੋ ਜੀ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਜੀ ਇਹਨਾਂ ਚੋਈ ਸਾਹਿਬ ਤੱਕੋ ਪੱਖਾ ਲੱਗਾ ਹੋਇਆ ਘੋੜਿਆਂ ਬਿਲਕੁਲ 24/7 ਆਉਣੇ ਜੀ ਗਰਮੀ 'ਚ ਘੋੜੇ ਤੰਗ ਨਾ ਵੇਣ ਤਾਂ ਮੈਂ ਉਹਨਾਂ ਜੀ ਇਹ ਸ਼ੌਕ ਵੈਸੇ ਸੁਣਿਆ ਹੈ ਸੀ ਵੀ ਇਹ ਮਹਿੰਗਾ ਵੈ ਤੇ ਜ਼ਿੰਮੇਦਾਰੀ ਵਾਲਾ ਵੈ ਪਰ ਇੱਥੇ ਤੱਕੀ ਤਾਂ ਵਾਕਈ ਮੈਂ ਅਹਿਸਾਸ ਹੋ ਗਿਆ ਕਿ ਵਾਕਈ ਭਾਈ ਜੀ ਵੀ ਹੈ ਇਹ ਬਿਲਕੁਲ ਬੜਾ ਐਕਸਪੈਂਸਿਵ ਸ਼ੌਕ ਹੈ ਤਾਂ ਬੜਾ ਜ਼ਿੰਮੇਦਾਰੀ ਵਾਲਾ ਕੰਮ ਹੈ ਤੱਕੀ ਕਰੋ ਇਹਨਾਂ ਦੀ ਨਿਗਰਾਨੀ ਕਰਨੀ ਦੇਖਭਾਲ ਕਰਨੀ ਤਾਂ ਉਹ ਗਫੂਰ ਸਾਹਿਬ ਤਾਂ ਅਫਤਾਬ ਸਾਹਿਬ ਗਏ ਉੱਠੀ ਨਹੀਂ ਜੀ ਤੱਕੋ ਘੋੜਿਆਂ ਨਾਲ ਜ਼ਰਾ ਫਰੈਂਕ ਹੋਈ ਗਏ ਨਾ ਤੇ ਅਬੈ ਤੂੰ ਦੂਰ ਹੀ ਜ਼ਰਾ ਆਏ ਹੈਲੋ ਕਰੀ ਹੋ ਰਹੀ ਹੈ ਸਰ ਠੀਕ ਹੈ ਕੰਮ ਬੇਸ਼ੱਕ ਹੈ ਬੇਨੇ ਜੀ ਬਾਹਰ ਚੁੱਲਨੇ ਤਾਂ ਫਿਰ ਚੌਧਰੀ ਨਾਲ ਸੁਣੇ ਗੱਪ ਲਵਾਉਣੇ ਆ ਜੀ ਤਾਂ ਹਿਸਟਰੀ ਪੁੱਛਣੀ ਆ ਡੇਰੇ ਨਹੀਂ ਥੋੜ੍ਹੀ ਬਹੁਤ ਆਓ ਚੁੱਲਨੇ ਆ ਜੀ ਬਾਹਰ ਚੌਧਰੀ ਸਾਹਿਬ ਨਾਲ ਤਾਰਫ ਕਰਾਇਆ ਤੁਸਾਂ ਨੇ ਤਾਂ ਉਹਨਾਂ ਨੇ ਨੈਫਿਊ ਨੇ ਜੀ ਤਾਂ ਸਾਡੇ ਦੋਸਤ ਨੇ ਚੌਧਰੀ ਯਾਸਰ ਲਤੀਫ ਸਾਹਿਬ ਇਹ ਵੀ ਵਾਕਿੰਗ ਹੋ ਰਹੇ ਤਾਂ ਇਹ ਵੀ ਇੱਥੇ ਸੈੱਟ ਹੋਏ ਵੇ ਨੇ ਇਹ ਵੀ ਕਰਨੇ ਜੀ ਬਿਜ਼ਨਸ ਪ੍ਰੋਪਰਟੀ ਨਾ ਤਾਂ ਅਸਲਾਮ ਵਾਲੇਕੁਮ ਯਾਸਰ ਭਾਈ ਤਾਂ ਤੁਸਾਂ ਕੀ ਕਿਤਨਾ ਕਰਸਾ ਹੈਗਾ ਇੱਥੇ ਜੇ ਸੈਟਲ ਹੋਏ ਮੈਂ ਤਕਰੀਬਨ 7 ਸਾਲ ਹੋ ਗਏ 7 ਸਾਲ ਵਿਦ ਫੈਮਿਲੀ ਬੱਚੇ ਚੱਚੇ ਸਾਰੇ ਇੱਥੇ ਜੀ ਸਟੱਡੀ ਕਰੀ ਮਾਸ਼ਾਅੱਲਾ ਇਸ ਦਾ ਮਤਲਬ ਹੈ ਕਿ ਤੁਸੀਂ ਇੰਗਲੈਂਡ ਕੀ ਖੈਰ ਬਾਅਦ ਆਖ ਨਹੀਂ ਰਹੇ ਪੂਰੀ ਫੈਮਿਲੀ ਤਕਰੀਬਨ ਹਾਲਾਤ ਉਧਰ ਹੀ ਜਾਈਦੇ ਚਲੋ ਅੱਲਾ ਖੈਰ ਕਰੇ ਜੀ ਤਾਂ ਅੱਛਾ ਇਹ ਜਾਨਵਰਾਂ ਕੇ ਤੁਸੀਂ ਥੋੜਾ ਬਹੁਤ ਟਾਈਮ ਦੇਣੇ ਹੋ ਡੇਰਾ ਜੀ ਆ ਮੈਂ ਵੀਕਐਂਡ ਤਾਂ ਆ ਕੇ ਤੇ ਕੋਰਸ ਵਾਲੀ ਆਪੂ ਕਰਨਾ ਇਨਸ਼ਾਅੱਲਾ ਇਸ ਸਾਲ ਮੇਲੇ ਨਾਲ ਵੀ ਦਿਲ ਹੈ ਚਾਚੂ ਰਾਂ ਕੀ ਆਖਿਆ ਕਿ ਕੋਈ ਅਰੇਂਜ ਕਰਨ ਤਾਂ ਨੇਜ਼ਾਬਾਜ਼ੀ ਨਾਲ ਇਨਸ਼ਾਅੱਲਾ ਜਿਹੜਾ ਨਾ ਅੱਛਾ ਅੱਛਾ ਆਪੂ ਹੀ ਮੈਂ ਆ ਮੇਰਾ ਕਜ਼ਨ ਹੈ ਅਸਦ ਹੈ ਇਹਨਾਂ ਨੇ ਬੇਟਾ ਉਹ ਵੀ ਇਨਸ਼ਾਅੱਲਾ ਯੂਕੇ ਤੋਂ ਆ ਜਾਸੀ ਪੂਰੀ ਸੈਕਸ਼ਨ ਕਰਕੇ ਇਨਸ਼ਾਅੱਲਾ ਸਾਨੂੰ ਪਲਾਨ ਹੈ ਸਹੀ ਹੈ ਜੀ ਮਾਸ਼ਾਅੱਲਾ ਬੈਸਟ ਵਿਸ਼ਿਜ਼ ਜੀ ਤਾਂ ਇਹ ਦੱਸੋ ਇਹ ਕੁੱਤੇ ਵੀ ਦੋ ਬੱਦੇ ਵੇਲੇ ਜੀ ਇੱਥੇ ਇੱਕ ਫਿਰਨਾ ਤਾਂ ਇੱਕ ਅੰਦਰ ਹੈ ਤਾਂ ਇਹਨਾਂ ਨੇ ਵੀ ਆ ਕੇ ਬੜੇ ਇੰਟਰਸਟਿੰਗ ਨਾਂ ਜੀ ਵੀ ਚੋਈ ਫਜ਼ਲ ਸਾਹਿਬ ਦੱਸਿਆ ਵੈ ਇਸ ਨਾਲ ਕਿਆ ਨਾਮ ਜੀ ਸ਼ੰਕਰ ਸ਼ੰਕਰ ਇਹ ਸ਼ੰਕਰ ਕੀ ਅੰਦਰ ਬੱਦਾ ਵੈ ਜੀ ਦਾ ਇੱਧਰ ਗੱਬਰ ਇਹ ਤਾਂ ਕੋਈ ਗੱਬਰ ਬਾਹਰ ਫਿਰੀ ਰਿਹਾ ਤਾਂ ਸ਼ੰਕਰ ਇਹ ਕੋਈ ਰਿਸ਼ਤੇ ਕੋਈ ਲੱਗਣੇ ਵੀ ਆ ਰਿਹਾ ਕੁਝ ਨਹੀਂ ਅੱਛਾ ਅੱਛਾ ਕੁਝ ਨਹੀਂ ਕੋਸ਼ਿਸ਼ ਕਰਨੀ ਆ ਚੋਈ ਸਾਹਿਬ ਕੋਲੋਂ ਆਓ ਜੀ
ਅੱਛਾ ਜੀ ਵਿਊਜ਼, ਮੈਂ ਜਿਸ ਤਰ੍ਹਾਂ ਪਹਿਲੇ ਬਾਹਰ ਨਹੀਂ ਆਈ, ਇੱਕ ਦੋ ਦਫ਼ਾ ਤੁਸੀਂ ਕਿ ਮਾੜਾ ਵੀ ਪਹਿਲਾ ਇਤਫਾਕ ਹੈ ਕਿ ਕਿਸੇ ਵੀ ਡੇਰੇ ਪਰ ਜਾਣਾ ਤਾਂ ਫਿਲਮ ਬਣਾਉਣਾ ਖੁਆਇਸ਼ ਰਹੀ ਹੈ ਮਾੜੀ, ਪਰ ਇਤਫਾਕ ਨਹੀਂ ਹੋਇਆ। ਚੌਧਰੀ ਸਾਹਿਬ ਕੋਲ ਬੈਠੇ ਵੀ ਹਾਂ ਜੀ, ਅਤੇ ਥੋੜ੍ਹੀ ਜਿਹੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਹੀ ਤਾਂ ਕਰੋੜਾਂ ਤਾਂ ਦੋ ਦੋ ਤਾਂ ਤਰੇ ਤਰੇ ਕਰੋੜ ਦੇਈ ਤਾਂ ਫੈਮਲੀਆਂ ਸਮੇਤ ਉੱਧਰ ਇੰਗਲੈਂਡ ਅਤੇ ਇਟਲੀ ਅਤੇ ਸਪੇਨ ਕੁਦਰ ਕੁਦਰ ਸ਼ਿਫਟ ਹੋਏ ਰਹੇ। ਇੰਨਾ ਕੀ ਕਹਿ ਸੂਝੀ ਹੈ ਜੀ, ਇੱਥੇ ਗਰਾਉਂ ਵਿੱਚ ਆਉਣੀ ਤਾਂ ਬੇਹੀ ਗਿਰ, ਅਤੇ ਇਤਨੀ ਸਖ਼ਤ ਗਰਮੀ ਵਿੱਚ ਤਾਂ ਡੇਰਾ ਸ਼ੇਰਾ ਬਣਾਇਆ ਨੇ, ਤਾਂ ਇੱਕ ਹੈ ਇਸਨੇ ਪਿੱਛੇ ਕਹਿਵ ਹੈ ਲੌਜਿਕ ਕਹਿਵ ਹੈ ਇਹਨਾਂ ਕੋਲ ਪੁੱਛਦੇ ਹਾਂ ਜੀ। ਚੋਈ ਜੀ ਸੁਣਾਓ ਨਾ ਜ਼ਰਾ। ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੇਖ ਰਿਜ਼ਵਾਨ ਔਰ ਨੰਬਰਦਾਰ ਗੂਰ ਸਾਹਿਬ, ਸੈਦ ਅਫਤਾਬ ਸੈਨ ਸ਼ਾਹ ਸਾਹਿਬ, ਪਹਿਲਾਂ ਤਾਂ ਮੈਂ ਤੁਸਾਂ ਦਾ ਸ਼ੁਕਰੀਆ ਅਦਾ ਕਰਨਾ ਜਿਹੜੇ ਤੁਸਾਂ ਤਸ਼ਰੀਫ ਲਾਇਕ ਆਇਓ। ਔਰ ਯਕੀਨਨ ਮੈਂ ਇਹ ਗੱਲ ਕਰ ਲਗਾ ਕਿ ਮੇਰੇ ਵਾਸਤੇ ਅੱਜ ਇਹ ਦਿਨਾਂ ਦਿਨ ਹੈ, ਤੁਸਾਂ ਇਤਨੇ ਦੂਰ ਤੋਂ ਚੱਕ ਸਵਾਰੀ ਤੋਂ ਤਸ਼ਰੀਫ ਲੈ ਕੇ, ਅੱਜ ਕੱਲ੍ਹ ਬੰਦਿਆਂ ਕੋਲ ਟਾਈਮ ਹੀ ਕੋਈ ਨਹੀਂ ਜੇ ਦਿੱਲੀ ਖੁਸ਼ੀ ਹੋਈ ਹੈ। ਉਸ ਤੋਂ ਬਾਅਦ ਜਿਹੜਾ ਤੁਸਾਂ ਸਵਾਲ ਕੀਤਾ, ਤੁਸਾਂ ਖੁਦ ਪੜ੍ਹੇ ਲਿਖੇ ਨੌਜਵਾਨ ਹੋ, ਬਾਸ਼ਾਹੂਰ ਹੋ, ਕਿ ਵਤਨ ਦੀ ਮੁਹੱਬਤ ਜਿਹੜੀ ਹੈ ਉਹ ਵੀ ਇੱਕ ਇਮਾਨ ਨਾਲ ਜੁਜ਼ ਹੈ। ਬੇਸ਼ੱਕ ਜੀ, ਬਿਲਕੁਲ। ਅਸਾਂ 40-42 ਸਾਲ ਬਾਹਰ ਕੰਮ ਕੀਤਾ ਰਹੇ ਹਾਂ, ਲੇਕਿਨ ਹੁਣ ਅਲਹਮਦੁਲਿਲਾ ਠੀਕ ਸੀ ਸਿਸਟਮ, ਬੱਚੇ ਪੜ੍ਹ ਲਿਖ ਕੇ ਜਵਾਨ ਹੋ ਗਏ, ਭਤੀਜੇ ਆਪਣਾ ਆਪਣਾ ਬਿਜ਼ਨਸ ਕਰਨ ਲੱਗ ਪਏ, ਸਾਰਾ ਸਿਸਟਮ। ਅਤੇ ਮੈਂ ਇਹੀ ਸੋਚਿਆ ਕਿ ਜਿੱਥੇ ਮੈਂ ਜਿਸ ਜਗ੍ਹਾ ਨਾਲ ਖਮੀਰ ਹਾਂ ਮੈਂ ਉੱਥੇ ਹੀ ਜਾਵਾਂ ਜੀ। ਮੇਰੇ ਵਾਲਦੈਨ ਦੀਆਂ ਕਬਰਾਂ ਇੱਥੇ ਹਨ, ਮੇਰੇ ਰਿਸ਼ਤੇਦਾਰ ਸਾਰੇ ਇੱਥੇ ਹਨ, ਅਤੇ ਇਹ ਜਿਹੜੀ ਗਰਮੀ ਸਰਦੀ ਹੈ ਇਹ ਤਾਂ ਆਮਣੇ ਜਾਣ ਵਾਲੀ ਚੀਜ਼ ਹੈ। ਤਾਂ ਮੈਂ ਅਲਹਮਦੁਲਿਲਾ ਆ ਗਿਆ, ਬਲਕਿ ਮੈਂ ਇਹ ਕਹਿ ਸਕਣਾ ਫਖਰ ਨਾਲ ਕਿ ਕਮੋ ਪੇਸ਼ 2004 ਤੋਂ ਮੈਂ ਆ ਗਿਆ। ਠੀਕ ਹੈ, ਤੁਸੀਂ ਨਾਜ਼ਮ ਕਿਹੜੇ ਸਾਲਾਂ 'ਚ ਬਣਦੇ ਸੋ? ਸਾਰੀ ਤੁਸੀਂ ਇੰਟਰਪਟ ਕੀਤਾ, ਤੁਸੀਂ ਨਾਜ਼ਮ ਹੀ ਰਹੇ ਹੋ ਨਾ? ਜੀ ਬਿਲਕੁਲ, ਅਲਹਮਦੁਲਿਲਾ 2005 ਵਿੱਚ ਇਲੈਕਸ਼ਨ ਹੋਏ ਸਨ ਔਰ ਮੈਂ ਨਾਜ਼ਮ ਨਾਲ ਇਲੈਕਸ਼ਨ ਲੜਿਆ ਸਾਂ, ਔਰ ਇਹ ਮੈਂ ਇੱਕ ਓਨਰ ਸਮਝਣਾ ਕਿ ਜ਼ਿਲ੍ਹਾ ਜੇਲ੍ਹਾਂ ਵਿੱਚ ਸਭ ਤੋਂ ਜ਼ਿਆਦਾ ਲੀਡ ਮੇਰੀ ਸੀ। ਮਾਸ਼ਾਅੱਲਾ, ਅਸਾਂ ਨੇ ਵਾਲ ਸਾਹਿਬ ਕੌਂਸਲਰ ਵੀ ਰਹੇ, ਫਿਰ ਉਹ ਵਾਈਸ ਚੇਅਰਮੈਨ ਵੀ ਰਹੇ, ਮਤਲਬ ਅਸਾਂ ਨਾਲ ਇੱਕ ਸਿਸਟਮ ਲਗਾਉਣਾ ਖਿੰਦੇ ਖਲਕਣਾ ਜਾ। ਅੱਛਾ, ਤਾਂ ਫਿਰ ਹੁਣ ਤੁਸੀਂ ਆਪਣੀ ਰੂਟੀਨ ਪਰ ਜਾਈ ਰਹੇ ਸੋ, ਸਾਰੀ ਮੈਂ ਇੰਟਰਪਟ ਕਰੀ ਰਿਹਾ, ਹੁਣ ਡੇਰੇ ਅਪਰਾਏ ਜਾਂਦੇ ਆ? ਜੀ ਬਿਲਕੁਲ। ਇਹ ਡੇਰੇ ਅਪਰਾਏ ਜਾਂਦੇ ਆ, ਇੱਥੋਂ ਕਿ ਇਹ ਸ਼ੁਰੂ ਤੋਂ ਸ਼ੌਕ ਸੀ 2004 ਤੋਂ, ਜਾਂ ਕਿ ਰੀਸੈਂਟਲੀ ਜਿਹੜਾ ਇਹ ਜ਼ਿਆਦਾ ਇਹ ਐਕਸਟੈਂਡ ਕੀਤਾ ਹੈ, ਇਹ ਲਾਉਣ ਸ਼ਾਨ ਤਾਂ ਬੜਾ ਖੂਬਸੂਰਤ ਸਰ? ਇਹ ਬਿਲਕੁਲ ਬਚਪਨ ਤੋਂ ਸ਼ੌਕ ਸੀ ਕਿ ਡੇਰਾ ਅਸਾਂ ਬਣਾਸਾਂ, ਇਸ ਤਰ੍ਹਾਂ ਹੋ ਸੀ, ਇਸ ਤਰ੍ਹਾਂ ਤਾਂ ਹੋਰ ਜਗ੍ਹਾ ਹੈ ਸੀ। ਅਲਹਮਦੁਲਿਲਾ ਇੱਕ ਤਾਂ ਮੈਂ ਆ ਕੇ ਇਹ ਬਿਜ਼ੀ ਹੋ ਗਿਆ ਬਈ, ਮੈਂ ਹੁਣ ਅਲਹਮਦੁਲਿਲਾ ਇਹ ਛੋਟੀ ਮੋਟਾ ਕੰਮ ਜਿਹੜਾ ਨਾ ਦਰਖਤ ਪੌਦਿਆਂ ਦੀ ਕਟਾਈ ਕਰਨੀ, ਪਾਣੀ ਦੇਣਾ, ਅਤੇ ਮੈਂ ਖੁਦ ਕਰਨਾ। ਹਾਲਾਂਕਿ ਮੁਲਾਜ਼ਮ ਹੀ ਹੈ ਨਾ, ਲੇਕਿਨ ਮੈਂ ਆਪਣੇ ਹੱਥਾਂ ਇਹ ਕਰਨਾ, ਬਿਜ਼ੀ ਵੀ ਰਹਿਣਾ, ਸਿਹਤ ਵੀ ਠੀਕ ਰਹਿਣੀ ਹੈ, ਔਰ ਇੱਕ ਸ਼ੌਕ ਹੈ ਪੌਦੇ ਲਾਉਣੇ ਨਾਲ, ਸ਼ਜਰਕਾਰੀ ਕਰਨੇ ਨਾਲ, ਥੋੜ੍ਹੀ ਜਿਹੀ ਜ਼ਮੀਨਦਾਰੀ ਵੀ ਨਾਲ ਕਰੀ ਨਾ, ਉਹ ਇਨਸ਼ਾਅੱਲਾ ਕਰਨੇ ਆ। ਲਾਸਟ ਟਾਈਮ ਮਾੜੀ ਜਿਹੀ ਤੁਹਾਡਾ ਮੁਲਾਕਾਤ ਹੋਈ ਸੀ ਕਿ 2-3 ਸਾਲ ਪਹਿਲੇ ਵੋਕਿੰਗ ਵਿੱਚ ਗਫੂਰ ਨੇ ਕਹਾ ਤਾਂ ਉਹ ਮਾਸ਼ਾਅੱਲਾ ਤੁਸੀਂ ਮਾੜੇ ਹਰ ਵੱਲ ਐਲਥੀ ਸੋ ਜੀ, ਤਾਂ ਹੁਣ ਥੋੜ੍ਹੇ ਜਿਹੇ ਛੁੰਗੇ ਵੀ ਹੋ, ਤਾਂ ਇਹ ਰੀਜ਼ਨ ਹੀ ਹੈ ਜਾਂ ਦਿਹਾੜੀ ਲੱਗੀ ਰਹੇ ਨੇ ਗੋਡੀ ਛੋਡੀ? ਬਿਲਕੁਲ, ਜਿਤਨਾ ਮੇਰਾ ਮਤਲਬ ਜਿਸਮ ਬਣਨਾ ਮੈਂ ਉਤਨਾ ਕੰਮ ਕਰਨਾ। ਮਾਸ਼ਾਅੱਲਾ, ਮਾਸ਼ਾਅੱਲਾ ਜੀ। ਅੱਛਾ, ਤਾਂ ਫਿਰ ਇਹ ਦੋ ਸਾਲਾਂ 'ਚ ਵਾਪਸ ਇੰਗਲੈਂਡ ਇੱਕ ਵਾਰੀ ਵੀ ਨੋਗੇ? ਨਾ, ਮੈਂ ਹੁਣ ਦੂਜਾ ਸਾਲ ਹੈ ਕੋਨਾ ਗਿਆ ਇੱਥੇ। ਇੱਥੇ ਹੀ ਆਪਣਾ GP-CP ਪੱਕਾ ਸੈੱਟ ਕੀਤਾ ਵੇ ਪ੍ਰਾਈਵੇਟ ਡਾਕਟਰ? ਜੀ, ਇੱਥੇ ਹੀ ਸਾਰਾ ਕੁਝ ਸਿਸਟਮ, ਇੱਥੇ ਹੀ ਅਲਹਮਦੁਲਿਲਾ। ਅੱਛਾ, ਤਾਂ ਹੁਣ ਮੁਲਾਕਾਤ ਵੀ ਇੱਥੇ ਅੱਛਾ ਪਿਆ ਕਰਦੀ ਅਸਾਂ? ਜੀ ਬਿਲਕੁਲ, ਜਾਂ ਤੁਸੀਂ ਆਵਿਆ ਕਰ ਸੋ ਤੇ ਜਾਂ ਮੈਂ ਚੱਕ ਸਵਾਰੀ ਆ ਉੱਥੇ ਪਹੁੰਚ ਜਾਇਆ ਕਰ ਸਕ ਤੁਸੀਂ ਜਾਂ ਮਹਤਾਨ। ਅੱਛਾ ਜੀ, ਇਹ ਬੜਾ ਮਜ਼ਾ ਆਇਆ ਚੋਈ ਸਾਹਿਬ ਨਾਲ ਗੁਫ਼ਤਗੂ ਕਰੀ, ਤਾਂ ਇਹ ਮੈਂ ਤੁਹਾਨੂੰ ਦੱਸਾਂ ਵੀ ਇੱਥੇ ਬੈਠੇ ਹਾਂ, ਕਿਸਮੀਆ ਬਾਤ ਹੈ ਕਿ ਇਹ ਜਿਹੜਾ ਇਹ ਪ੍ਰਦੇਸ਼ ਵਿੱਚ ਜਿਹੜਾ ਤੁਸੀਂ ਅੱਖਾਂ ਬੰਦ ਕਰਨੇ ਉਹਨਾਂ ਦਾ ਕੋਈ ਅਤਾਉਲੇ ਨਾ ਕੋਈ ਗੀਤ ਐਵੇਂ ਕੁਦਰਾ ਜ਼ਹਿਨ 'ਚ ਗੁਣਗੁਣਾਉਣੇ ਉਹਨਾਂ, ਕੋਈ ਆਪਣਾ ਗਰਾਂ ਹੋਵੇ ਤਾਂ ਤੂਤਾਂ ਦੀ ਛਾਂ ਹੋਵੇ, ਤਾਂ ਖਿਆਲ ਵਿੱਚ ਅੱਛਾ ਬੰਦਾ ਯਾਰ ਕਿਹੜਾ ਅਕਾਸ਼ ਕੁਦਰਾ, ਜਾਂ ਤਾਂ ਰਿਐਲਿਟੀ ਵਿੱਚ ਅਸਾਂ ਬੈਠੇ ਵੇ ਹਾਂ ਉਹ ਹੈ ਮਾਹੌਲ ਵਿੱਚ,
ਤੇ ਮਾੜੀ ਇਹ ਨੇਕ ਖੁਆਇਸ਼ਾਤ ਚੌਧਰੀ ਸਾਹਿਬ ਨਾਲ ਅੱਲਾ ਕਰੇ ਜੀ ਇਹਨਾਂ ਨੇ ਇਹ ਜਿਹੜੀ ਇੱਥੇ ਇਹ ਟਾਈਮ ਇਹ ਪਾਕਿਸਤਾਨ ਸਪੈਂਡ ਕਰੀ ਰਹੇ ਨੇ ਇਹ ਖੂਬਸੂਰਤ ਤੋਂ ਖੂਬਸੂਰਤ ਤਰੀਨ ਵੈ ਜੀ ਅਤੇ ਜਨਵਰ ਇਹਨਾਂ ਨੇ ਤੱਕੀ ਤਾਂ ਦਿਲ ਬੜਾ ਖੁਸ਼ ਹੋਇਆ ਜੀ ਠੀਕ ਹੈ ਅਤੇ ਮਾਸ਼ਾਅੱਲਾ ਇਹ ਬੜਾ ਖੂਬਸੂਰਤ ਡੇਰਾ ਬਣਾਇਆ ਵਾ ਇਹਨਾਂ ਦਾ ਅਜੇ ਇਹ ਅੰਡਰ ਕੰਸਟਰਕਸ਼ਨ ਹੈ ਬਾਕੀ ਜਿਹੜਾ ਇਹਨਾਂ ਹਾਲ ਚਾਲ ਇਹ ਵੀ ਮੈਥੋਂ ਕੀ ਦੱਸਾਂ ਉਹ ਵੀ ਮੈਥੋਂ ਕੀ ਵਿਜ਼ਿਟ ਕਰਾਉਣਾ ਵਾ ਅੰਦਰ ਦੱਸੀ ਉਹਨਾਂ ਇਹ ਅਜੇ ਕੰਪਲੀਟ ਨਹੀਂ ਹੋਇਆ ਇਹਨਾਂ ਨੇ ਲੱਗੇ ਮੈਂ ਅਤੇ ਬਾਕੀ ਜਨਾਬ ਜਿਹੜੇ ਬੰਦੇ ਵੀ ਪਲਾਨ ਖਾਲੀ ਬਣਾਈ ਰਹੇ ਹੋ ਕਿ ਅਸਾਂ ਜੁਲਮ ਪਾਕਿਸਤਾਨ ਸ਼ਿਫਟ ਵਿਆਹ ਤਾਂ ਉਹਰੇ ਪਰੇ ਅਤੇ ਮਾੜਾ ਮੈਸੇਜ ਇਹ ਹੈ ਕਿ ਟਾਈਮ ਇਜ਼ ਨਾਓ ਅਤੇ ਚੋਈ ਸਾਹਿਬ ਇੱਕ ਸ਼ਾਰਟ ਜਿਹਾ ਮੈਸੇਜ ਦਿਓ ਜਿਹੜੇ ਸਾਰੇ ਲੋਕ ਉੱਥੇ ਲੱਗੇ ਹੋਏ ਨੇ ਟੈਕਸੀਆਂ ਕੀ ਜਮੁੱਟੇ ਵੇ ਅੱਛਾ ਟੇਕਵਿਆਂ ਕੀ ਜਮੁੱਟੇ ਵੇ ਪੈਸਾ ਬਹੁ ਬਣਾਏ ਕਿੰਨਾ ਨੇ ਅਤੇ ਇੱਧਰ ਆਉਣੇ ਨੇ ਜਿਹੜਾ 1200 ਪੌਂਡ ਨਿਕਲ ਆਏ ਜਾਂ ਟਿਕਟਾਂ ਨਹੀਂ ਆਉਣੇ ਨੇ ਜਿਹੜਾ ਸਸਤਾ ਹੋਸੀ ਤਾਂ ਜਾਸਾਂ ਸਸਤਾ ਹੋਸੀ ਟਿਕਟ ਜਾਂ ਕੋਈ ਹੋਰ ਉੱਪਰ ਜਾ ਸੀ ਕਿਆ ਹਿਸਾਬ ਸੀ ਟਿਕਟ ਦੇ ਬਾਰੇ ਤਾਂ ਮੈਂ ਨਾ ਵਿਊ ਦੇ ਸਕਣਾ ਵੀ ਸਸਤਾ ਹੋਸੀ ਜਾਂ ਮਹਿੰਗਾ ਹੋਸੀ ਇਹ ਮੈਂ ਜ਼ਰੂਰ ਆਖਾਂ ਆਪਣੇ ਸ਼ੋਰਟ ਪੈਗਾਮ ਵਿੱਚ ਅਲਹਮਦੁਲਿਲਾ ਮੈਂ ਔਰ ਮੇਰੇ ਭਾਈ ਨਾ ਸਕੂਲ ਲੈਵਲ ਬੱਚਿਆਂ ਕੀ ਅਸਾਂ ਇੱਥੇ ਪੜ੍ਹਾਇਆ ਔਰ ਜਿਹੜੇ ਕਾਲਜ ਲੈਵਲ 'ਤੇ ਗਏ ਤਾਂ ਅਸਾਂ ਉੱਥੇ ਸ਼ਿਫਟ ਕੀਤੇ ਅਲਹਮਦੁਲਿਲਾ ਸਾਰੇ ਬੱਚੇ ਪੜ੍ਹ ਵੀ ਗਏ ਔਰ ਉਹਨਾਂ ਕੀ ਮੈਂ ਫਖਰ ਨਾਲ ਕਹਿਣਾ ਕਿ ਇੱਥੇ ਨਾ ਵੀ ਪਤਾ ਸਾਰਾ ਕਿ ਇਹ ਮਾਮਾ ਹੈ ਇਹ ਚਾਚਾ ਹੈ ਇਹ ਅੱਬੇ ਨਾਲ ਦੋਸਤ ਹੈ ਇਹ ਕਜ਼ਨ ਹੈ ਉਹ ਵੀ ਸਾਰਾ ਸਿਸਟਮ ਸਮਝ ਗਏ ਅਤੇ ਮੈਂ ਜਿਤਨੇ ਭਰਾ ਨੇ ਬਾਹਰ ਜਿਹੜੇ ਖਾਸ ਕਰ UK ਵਿੱਚ ਕਿਉਂਕਿ ਮੈਂ ਉੱਥੇ ਜ਼ਿੰਦਗੀ ਗੁਜ਼ਾਰੀ ਹੈ ਪ੍ਰਾਇਮਰੀ ਸਕੂਲ ਉੱਥੇ ਮੈਂ ਗਿਆ ਕਾਲਜ ਉੱਥੇ ਮੈਂ ਗਿਆ ਮੈਂ ਉਹਨਾਂ ਅੱਗੇ ਹੀ ਰਿਕੁਐਸਟ ਕਰਸਾਂ ਕਿ ਅਗਰ ਤੁਸਾਂ ਨੇ ਹਾਲਾਤ ਇਜਾਜ਼ਤ ਦੇਣੇ ਤਾਂ ਆਪਣੇ ਮੁਲਕ ਵਿੱਚ ਆਵੋ ਬਹੁਤ ਪਿਆਰਾ ਮੁਲਕ ਹੈ ਔਰ ਆ ਕੇ ਇਸ ਵਿੱਚ ਆਪਣਾ ਜਿਤਨਾ ਹਿੱਸਾ ਪਾ ਸਕਣੇ ਉਹ ਬਿਹਤਰੀ ਵਾਸਤੇ ਹਿੱਸਾ ਪਾਓ ਆ ਕੇ ਮਾਸ਼ਾਅੱਲਾ ਜੀ ਬਿਲਕੁਲ ਮੈਂ ਉਹਨਾਂ ਵੀ ਇਹ ਛੋਟੇ ਜਿਹੇ ਮੈਸੇਜ ਵਿੱਚ ਇੰਨਾ ਬਹੁਤ ਕੁਝ ਕਵਰ ਕਰੀ ਰਿਹਾ ਇਹ ਆਖਦੇ ਨੇ ਜੀ ਬਿਸਤਰੇ ਬੰਨੋ ਤਾਂ ਆਪਣੇ ਆਪਣੇ ਗ੍ਰਾਂ 'ਚ ਡੇਰੇ ਲਾਓ ਠੀਕ ਹੈ ਜੀ ਅੱਛਾ ਜੀ ਇਹ ਚੌਧਰੀ ਫਜ਼ਲ ਸਾਹਿਬ ਨੇ ਨੈਫਿਊ ਜੀ ਅਤੇ ਸਾਰੇ ਦੋਸਤ ਚੌਧਰੀ ਯਾਸਰ ਸਾਹਿਬ ਇਹਨਾਂ ਨਾਲ ਦੋ ਤਿੰਨ ਵਾਰੀ ਗਏ ਬਗੈ ਮੁਲਾਕਾਤ ਹੋਈ ਸੀ ਪਰ ਸ਼ਾਰਟ ਜੀ ਠੀਕ ਹੈ ਤਫਸੀਲ ਨਾ ਜਿਹਨਾਂ ਨਾਲ ਮੁਲਾਕਾਤ ਹੋਈ ਹੈ ਤਾਂ ਮਾਸ਼ਾਅੱਲਾ ਮੈਂ ਤੁਹਾਨੂੰ ਇਹ ਦੱਸਾਂ ਕਿ ਇਹਨਾਂ ਦੀ ਜ਼ਬਾਨੀ ਰਵਾਨੀ ਜਿਸ ਤਰ੍ਹਾਂ ਇਹਨਾਂ ਮਾੜੇ ਨਾਲ ਵੀ ਮਾਸ਼ਾਅੱਲਾ ਬੈਟਰ ਬੋਲਣੇ ਤਾਂ ਇਹ ਮੈਂ ਬੜਾ ਪ੍ਰਾਊਡ ਹੋਇਆ ਸਪੈਸ਼ਲੀ ਪ੍ਰਾਊਡ ਹੋਣਾ ਇਹ ਜੇ ਬੰਦੇ ਪਰ ਜਿਹੜੇ ਟੋਟਲੀ ਇੰਗਲੈਂਡ ਵਿੱਚ ਗਰੋਨ ਅਪ ਹੋਏ ਹਨ ਤਾਂ ਇਸ ਮੁਲਕਾਂ ਨੇ ਇਹ ਕਲਚਰ ਕੀ ਇਤਨਾ ਜਲਦੀ ਅਡੋਪਟ ਕਰਨ ਤਾਂ ਬੜੀ ਖੁਸ਼ੀ ਹੋਈ ਹੈ ਅਤੇ ਯਾਸਰ ਸਾਹਿਬ ਕੋਲ ਪੁੱਛਣੇ ਜੀ ਵੀ ਆ ਇਹ ਕੋਈ ਬੋਰ ਸ਼ੋਰ ਤਾਂ ਨਾ ਹੋਣੇ ਉੱਥੇ ਵੀ ਆ ਕੋਈ ਮੈਕਡੋਨਲਡ ਡਰਾਈਵ ਥਰੂ ਜਾਂ ਕੋਈ KFC ਆ ਇਹ ਜਿਹੜੀਆਂ ਸਾਇਸ਼ਾਂ ਅਸਾਂ ਲੋਕ ਉੱਥੇ ਪੇ ਵੀ ਉਹਨਾਂ ਨੇ ਅਤੇ ਇੱਥੇ ਵੀ ਆ ਕੋਈ ਕਿਸੇ ਲੈ ਲੱਸੀ ਨਾਲ ਜਾਂ ਕਿਸੇ ਲੈ ਮਿਰਚਾਂ ਨਾਲ ਖਾਈ ਤਾਂ ਗੁਜ਼ਾਰਾ ਕਰਨਾ ਕਰਨਾ ਪੈਂਦੇ ਨੇ ਜਿਹੜਾ ਡੇਰੇ ਸ਼ੇਰੇ ਮੈਂ ਅਤੇ ਯਾਸਰ ਸਾਹਿਬ ਕੈਸਾ ਮਹਿਸੂਸ ਕਰੀ ਦੇ ਦੋ ਮੁਲਕਾਂ ਕੀ ਕੰਪੈਰੀਜ਼ਨ ਕਰੀ ਦੋਵੇਂ ਮੁਲਕ ਸਾਡੇ ਵਾਸਤੇ ਆਪਣੇ ਘਰ ਹੀ ਹਨ ਜਿਸ ਤਰ੍ਹਾਂ ਅੱਗੇ ਚਾਚੂ ਕਹਿਣ ਲੱਗੇ ਸਨ ਕਿ ਅਸੀਂ ਕੀ ਉਹਨੇ ਇੱਥੇ ਪੜ੍ਹਾਇਆ ਅਸਾਂ ਜਿਹੜਾ ਹਾਈ ਸਕੂਲ ਮਿਡਲ ਸਕੂਲ ਇੱਥੇ ਕਰਕੇ ਗਏ ਹਾਂ ਕਾਲਜ ਹੁਣ ਅਲਹਮਦੁਲਿਲਾ ਮੈਂ ਆਪਣੇ ਬੱਚਿਆਂ ਕੀ ਉਸੇ ਸਾਈਕਲ ਵਿੱਚ ਲੈ ਕੇ ਆਇਆ ਠੀਕ ਹੈ ਉਹ ਵੀ ਇੱਥੇ ਆ ਗਏ ਮਿਡਲ ਸਕੂਲ ਕਰਨਗੇ ਹਾਈ ਸਕੂਲ ਕਰ ਸਕਣ ਅਤੇ ਇਨਸ਼ਾਅੱਲਾ ਫਿਰ ਕਾਲਜ ਉੱਥੇ ਹੀ ਕਰਨਗੇ ਤਾਂ ਕਿ ਇੱਕ ਹੋਰ ਨਸਲ ਅਸਾਂ ਨੇ ਜਿਹੜੀ ਹੈ ਨਾ ਉਹ ਇਸ ਵਿੱਚ ਜਿਹੜਾ ਨਾ ਇਸ ਮਤਲਬ ਦੋਵਾਂ ਮੁਲਕਾਂ ਵਿੱਚ ਉਹਨਾਂ ਨਾਲ ਡਿਊਲ ਕਲਚਰ ਆਪਣੇ ਦੋਵਾਂ ਮੁਲਕਾਂ ਤੋਂ ਬੈਨੀਫਿਟ ਲੈ ਸਕਦੇ ਕਿਉਂਕਿ ਅਸੀਂ ਭੁੱਲ ਜਾਣੇ ਹਾਂ ਕਿ ਪਾਕਿਸਤਾਨੀ ਹੋਣਾ ਵੀ ਬਹੁਤ ਬੜੀ ਨਹਿਮਤ ਹੈ ਆਉਣ ਇਹਨਾਂ ਬੰਦੇ ਕਿ ਰੈੱਡ ਪਾਸਪੋਰਟ ਹੋ ਜਾਂ ਬ੍ਰਿਟਿਸ਼ ਨੈਸ਼ਨਲ ਨਾਲ ਬੜੀ ਗੱਲ ਹੈ ਲੇਕਿਨ ਇਹ ਵੀ ਤੁਹਾਨੂੰ ਦੇਖਣਾ ਹੋਣਾ ਕਿ ਅਸੀਂ ਪਾਕਿਸਤਾਨੀ ਵੀ ਹਾਂ ਤਾਂ ਇਹ ਵੀ ਇੱਕ ਬਹੁਤ ਬੜੀ ਨਹਿਮਤ ਹੈ ਇਸ ਚੀਜ਼ ਹੈ ਕਿ ਜ਼ਾਹਿਰ ਅਸਾਂ ਨੇ ਰੂਟਸ ਇੱਥੇ ਹਨ ਅਸਾਂ ਨੇ ਬਾਓਜ ਦਾ ਬੜੀ ਮਿਹਨਤ ਕੀਤੀ ਇੱਥੇ ਇੰਨਾ ਸਾਰਾ ਕੁਝ ਤਾਂ ਜ਼ਾਇਰ ਨਹੀਂ ਕਰ ਸਕਦੇ ਅਸੀਂ ਹੁਣ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਚਾਚੂ ਜੀ ਅੱਗੇ ਤੁਹਾਨੂੰ ਦੱਸਿਆ ਪੋਲੀਟਿਕਸ ਉਹਨਾਂ ਕੀਤੀ ਉਹਨਾਂ ਨੇ ਨਕਸ਼ੇ ਕਦਮ 'ਤੇ ਹੁਣ ਚੱਲਣ ਲੱਗੇ ਹੋਏ ਆ ਇਹ ਵੀ ਕੋਸ਼ਿਸ਼ ਹੈ ਕਿ ਕੋਈ ਅੱਗੇ ਵੱਧ ਕੇ ਕੋਈ ਕੰਮ ਕਰੀਏ ਪਿੱਛੇ ਦਲ ਨਾ ਜਾਈਏ ਜਿਹੜੀ ਤੁਸੀਂ ਗੱਲ ਕੀਤੀ ਮੈਕਡੋਨਲਡਸ ਵਗੈਰਾ ਨਹੀਂ ਸਾਰਾ ਕੁਝ ਉਹ ਇੱਥੇ ਵੀ ਦਸਤਿਆਬ ਹੈ ਇਹ ਹੈ ਕਿ ਹੁਣ ਗਏ ਅਸਾਂ ਉੱਥੇ UK ਦਾ ਮੇਰਾ 8 ਕਿਲੋ ਵਜ਼ਨ ਚਲੋ ਠੀਕ ਉੱਥੇ ਖਾਣਾ ਥੋੜ੍ਹਾ ਡਿਫਰੈਂਟ ਹੈ ਉਹ ਮੇਰਾ ਵੱਧ ਗਿਆ ਲੇਕਿਨ ਇਹ ਹੈ ਕਿ ਇੱਥੇ ਆ ਕੇ ਘੋੜਿਆਂ ਦੀ ਦੇਖਭਾਲ ਕਰਨ ਨਾਲ ਘੋੜ ਸਵਾਰੀ ਕਰਨ ਨਾਲ ਜਿਹੜਾ ਨਾ ਉਹ ਫਿਰ ਰੂਟੀਨ ਅਤੇ ਵਜ਼ਨ ਦੁਬਾਰਾ ਆ ਜਾਣਾ ਕੋਈ ਮੁਸ਼ਕਿਲ ਨਹੀਂ ਆਉਣਾ
ਮਾਸ਼ਾਅੱਲਾ ਜੀ ਮਾਸ਼ਾਅੱਲਾ ਮੈਂ ਤੁਸੀਂ ਦੱਸਾਂ ਵੀ ਆ ਇਹ ਦਿਲ ਕਰਨੇ ਮੈਂ ਇੱਕ ਜ਼ਿਆਦਾ ਹੋਰ ਗੱਪ ਸ਼ੱਪ ਲਾਂ ਪਰ ਫਿਰ ਉਹ ਪ੍ਰੋਬਲਮ ਆਈ ਜਾਣੀ ਹੈ ਵੀ ਆ ਪਾਕਿਸਤਾਨ 'ਚ ਮੈਂ ਵਲੋਗ ਅਪਲੋਡ ਕਰ ਸਕਦਾ ਇੱਥੇ ਇੰਟਰਨੈਟ ਨਾਲ ਬੜਾ ਇਸ਼ੂ ਹੈ ਪਰ ਇਹ ਮੈਂ ਤੁਹਾਨੂੰ ਦੱਸਾਂ ਜੀ ਕਿ ਰੋਲ ਮਾਡਲ ਹੈ ਇਹ ਫੈਮਿਲੀ ਮੈਂ ਜਿਸ ਵੇਲੇ ਨਾਲ ਮਿਲਿਆ ਹਰ ਲਿਹਾਜ਼ ਨਾਲ ਕਿ ਇਹਨਾਂ ਆਪਣੀਆਂ ਕਦਰਾਂ ਕਿ ਨਹੀਂ ਭੁੱਲੇ ਤਾਂ ਇਹ ਜਿਹੜੇ ਲੋਕ ਅਸਾਂ ਆਖਦੇ ਨੇ ਜੀ ਵੀ ਉਹ ਨਹੀਂ ਇੱਥੋਂ ਇੰਗਲੈਂਡ 'ਚ ਨਹੀਂ ਅਸਾਂ ਸ਼ਿਫਟ ਨਾ ਹੋ ਸਕਦੇ ਉਹ ਸਾਰੇ ਐਕਸਕਿਊਜ਼ ਨੇ ਤੁਸੀਂ ਕਰਨਾ ਚਾਹੋ ਇਹ ਫੈਮਿਲੀ ਰੋਲ ਮਾਡਲ ਹੈ ਮਾਸ਼ਾਅੱਲਾ ਇੱਥੇ ਵੀ ਬੜੀ ਪੁਰਸਕੂਨ ਜ਼ਿੰਦਗੀ ਗੁਜ਼ਾਰੀ ਨੇ ਤਾਂ ਉੱਥੇ ਵੀ ਅਲਹਮਦੁਲਿਲਾ ਇਹ ਬੜੇ ਬਿਹਤਰੀਨ ਜ਼ਿੰਦਗੀ ਗੁਜ਼ਾਰੀ ਨੇ ਉੱਥੇ ਵੀ ਤਾਂ ਬੈਸਟ ਵਿਸ਼ਿਸ਼ ਜੀ ਇਸ ਫੈਮਿਲੀ ਨੇ ਫੈਮਿਲੀ ਕੀ ਮਾੜੀ ਤਰਫੋਂ ਹੁਣ ਤੋਂ ਕਿ ਅੰਦਰੋਂ ਵਿਜ਼ਿਟ ਕਰਾਉਣੇ ਜੀ ਹਾਲ ਹੈ ਨਹੀਂ ਥੋੜ੍ਹੀ ਜੀ ਤਾਂ ਫਿਰ ਚੌਧਰੀ ਉਹਨਾਂ ਨਾਲ ਜ਼ਰਾ ਆਖਰੀ ਕੋਈ ਥੋੜ੍ਹੀ ਜੀ ਗੁਫ਼ਤਗੂ ਕਰ ਸਾਂ ਤਾਂ ਫਿਰ ਇਜਾਜ਼ਤ ਕਰ ਸਾਂ ਤੁਹਾਡੇ ਕੋਲ ਇਹ ਵੀ ਆ ਗਿਆ ਜੀ ਓ ਹੋ ਅੱਛਾ ਜੀ ਬਾਹਰ ਤੋਂ ਕਿ ਸਾਰੇ ਡੇਰੇ ਨੇ ਸੈਰ ਕਰਾਈ ਹੈ ਜੀ ਤਾਂ ਹੁਣ ਅੰਦਰ ਚੋਂ ਹੀ ਸਭ ਕੋਈ ਨਵਾਂ ਡਿਜ਼ਾਇਨ ਬਣਾਈ ਰਹੇ ਨਹੀਂ ਤਾਂ ਅੰਦਰ ਕੁਛ ਕੰਸਟਰਕਸ਼ਨ ਹੈ ਜੀ ਅਜੇ ਇਹ ਸਾਰਾ ਪਲਾਨ ਕੰਪਲੀਟ ਨਹੀਂ ਹੋਇਆ ਤਾਂ ਫਿਰ ਵੀ ਮੈਂ ਕਿਹਾ ਜੀ ਇਹ ਤੁਹਾਨੂੰ ਵਿਜ਼ਿਟ ਕਰਾਈ ਜਾਣਾ ਮਾਸ਼ਾਅੱਲਾ ਸਭ ਇਹ ਹਾਲ ਹੈ ਜੋ ਹੀ ਸਭ ਆਪਣੇ ਭਾਓ ਦਿੱਤਾ ਹੈ ਜੀ ਘੋੜੇ ਨੂੰ ਕੋਈ ਵਾਕਿਆ ਵੀ ਮੁਲਾਜ਼ਮ ਹੈ ਨਾ ਇੱਕ ਵਾਰੀ ਉੱਤਰ ਗਿਆ ਦੂਸਰੀ ਦਫਾ ਵੀ ਤੀਸਰੀ ਦਫਾ ਉਹ ਆ ਕੇ ਮਿਹਨਤ ਕਰਨਾ ਮੈਂ ਉਹ ਬੰਦਾ ਕੋਈ ਨਹੀਂ ਆਉਣਾ ਕਿ ਹੋ ਜਾਵੇ ਮੈਂ ਉਹ ਗੂਗਲ ਦਾ ਸਰਚ ਕੀਤਾ ਉਹ ਜਨਾਬ ਇਹ ਹੈ ਕਿ ਜਿਸ ਤਰ੍ਹਾਂ ਗੂਗਲ ਜਵਾਬ ਦਿੱਤਾ ਕਿ ਇਹ ਜਨਾਬ ਨੇ ਬੱਚੇ ਆ ਕੇ ਇਹਨਾਂ ਨਾਲ ਖੇਡ ਮਾਸ਼ਾਅੱਲਾ ਜੀ ਘੋੜਿਆਂ ਨੇ ਦੱਸਿਆ ਇੰਨਾ ਵੀ ਆ ਘੋੜੇ ਦੀਆਂ ਵਿਧੀਆਂ ਨਹੀਂ ਹੋ ਜਾਂਦੀਆਂ ਆਪੋ ਆਪ ਤਾਂ ਮੈਂ ਮੁਲਾਜ਼ਮਾਂ ਕੋਲ ਪੁੱਛਿਆ ਉਸਦਾ ਕਿਹਾ ਮੈਂ ਇੰਨਾ ਕਰਨਾ ਬਾਅਦ ਜਾਣ ਨੇ ਗੂਗਲ ਸਰਚ ਕੀਤੀਆਂ ਤਾਂ ਉਸਦੇ ਜਾਣੇ ਕਿ ਜਨਾਤ ਵੀ ਇਤਨਾ ਪਿਆਰ ਕਰਦੇ ਨੇ ਘੋੜਿਆਂ ਨਾਲ ਕਿ ਉਹ ਆਚਣੇ ਨੇ ਇਹਨਾਂ ਦਾ ਰਾਤੀ ਖੇਡਣੇ ਦਾ ਤਾਂ ਕੋਈ ਵਿਧੀਆਂ ਇਹ ਵੀ ਇੱਕ ਨਵੀਂ ਚੀਜ਼ ਪੁੱਜੀ ਹੈ ਜਿਹਨਾਂ ਕੋਲ ਇਹਨਾਂ ਨਾਲ ਆਪਣਾ ਐਕਸਪੀਰੀਅੰਸ ਹੈ ਠੀਕ ਹੈ ਜੀ ਅਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰੀ ਹਾਂ ਤਾਂ ਇੱਥੋਂ ਕੋਈ ਹਾਲ ਬੜਾ ਖੂਬਸੂਰਤ ਹੈ ਆਪਣੀ ਇੱਕ ਹੋਰ ਰੂਮ ਵੀ ਦਈਏ ਅੱਛਾ ਜੀ ਵਿਊਅਰਸ ਆਵਾਜ਼ ਥੋੜ੍ਹੀ ਜਿਹੀ ਤੁਸੀਂ ਕਿ ਹੁਣ ਚੇਂਜ ਲੱਗੀ ਹੋ ਸੀ ਜ਼ਾਹਿਰ ਹੈ ਇਨਡੋਰ ਜ਼ਰਾ ਨਾ ਫਿਰ ਆਵਾਜ਼ ਫਿਰੀ ਫਿਰੀ ਤਾਂ ਅੱਛੀ ਨਹੀਂ ਸੀ ਤਾਂ ਹੁਣ ਥੋੜ੍ਹੀ ਜਿਹੀ ਕਲੈਰਿਟੀ ਹੋ ਸੀ ਆਵਾਜ਼ਾਂ ਵਿੱਚ ਵੀ ਠੀਕ ਹੈ
ਬੜਾ ਮਜ਼ਾ ਆਇਆ ਜੀ ਇਹ ਵਲੌਗ ਬਣਾਉਣੇ ਨਾਲ, ਹਿਸਟਰੀ ਵੀ ਕਾਫੀ ਸੁਣੀ ਹੈ ਚੋਈ ਸਾਹਿਬ ਕੋਲੋਂ, ਇਹ ਜ਼ਾਹਿਰ ਹੈ ਉਹ ਪੋਸੀਬਲ ਨਹੀਂ ਸੀ ਸਾਰਾ ਕੁਝ ਵਲੌਗ ਵਿੱਚ ਕਵਰ ਕਰਾਂ, ਤਾਂ ਮੈਂ ਸ਼ੁਕਰੀਆ ਅਦਾ ਕਰਨਾ ਜੀ ਇੱਥੇ ਇਹ ਵਲੌਗ ਦੇ ਦੌਰਾਨ ਜਿੰਨੇ ਚੌਧਰੀ ਸਾਹਿਬ ਨੇ ਦੋਸਤ ਯਾਰ ਆਏ ਨਾਲ ਅਸਾਂ ਕੀ ਮੁਲਾਕਾਤ ਹੋਈ ਹੈ, ਕੁਝ ਲਗੇ ਗਏ ਜ਼ਾਹਿਰ ਹੈ ਵਲੌਗ ਵਿੱਚ ਨਹੀਂ ਸ਼ਾਮਿਲ ਹੋਏ, ਬਾਅਦ ਵਿੱਚ ਤਕਸਰ ਸਾਰਿਆਂ ਨੂੰ ਸ਼ੁਕਰੀਆ ਅਦਾ ਕਰਨਾ ਜੀ, ਸਪੈਸ਼ਲੀ ਮੈਂ ਚੋਈ ਫਜ਼ਲ ਸਾਹਿਬ ਨਾਲ ਅਤੇ ਯਾਸਰ ਸਾਹਿਬ ਨਾਲ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਕੀ ਕਿ ਇਹਨਾਂ ਅਸਾਂ ਕੀ ਇਤਨਾ ਟਾਈਮ ਦਿੱਤਾ ਜੀ ਇਹਨਾਂ ਨੇ, ਇਹ ਮਹਿਮਾਨ ਨਵਾਜ਼ੀ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਜੀ ਕਿ ਇਹ ਪੂਰੀ ਆਪਣੀ ਮਸਰਫਿਆਤ ਛੋੜੀ ਤਾਂ ਅਸਾਂ ਤਰਾਏ ਬੰਦੇ ਜਿਹੜੇ ਆਏ ਸਾਂ ਚਕਸੁਆਰੀ ਆਜ਼ਾਦ ਕਸ਼ਮੀਰ ਤੋਂ, ਉਹਨਾਂ ਕਿੰਨਾ ਇਤਨਾ ਰਿਮਾਰਕੇਬਲ ਮੈਮਰੀਜ਼ ਦਿੱਤੀਆਂ ਨੇ ਅਸਾਂ ਕਿ, ਤਾਂ ਮੈਂ ਐਪਰੀਸ਼ੀਏਟ ਕਰਨਾ ਜੀ। ਅੱਛਾ ਵਿਊਜ਼, ਟਾਈਮ ਆਏਗਾ ਤੁਹਾਨੂੰ ਕੋਲ ਇਜਾਜ਼ਤ ਚਾਹੁੰਦੇ ਨਾ ਰਿਜ਼ਵਾਨ ਸੁਲਤਾਨ ਕਿ ਆਪਣੇ ਚੈਨਲ ਦੇਸ਼ ਟੂ ਪ੍ਰਦੇਸ਼ ਵਿੱਚੋਂ ਇਹ ਕੜੀ ਨੇ ਮਕਾਮ ਆਪਣੀ ਇਜਾਜ਼ਤ ਦਿਓ, ਜਿਹੜਾ ਸੰਗੋਈ ਸ਼ਰੀਫ ਨੇ ਕਰੀਬ ਤਰੀਨ ਗ੍ਰਾਮ ਹੈ ਇੱਕ, ਹਮੇਸ਼ਾ ਦੀ ਤਰ੍ਹਾਂ ਆਖਰੀ ਮੈਸੇਜ ਨਾ ਆਪਣਾ ਤਾਂ ਆਪਣੇ ਇਰਦ ਗਿਰਦ ਸਾਥੀਆਂ ਦਾ ਬਹੁਤ ਸਾਰਾ ਖਿਆਲ ਰੱਖਿਆ, ਤਾਂ ਗਲਤੀ ਗੁਸਤਾਖੀ ਮਾਫ਼ ਕਰਿਆ, ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ ਫਿਰ ਮਿਲ ਸਕਦੇ ਕਿਸੇ ਹੋਰ ਵਲੌਗ ਵਿੱਚ ਕਿਸੇ ਹੋਰ ਖੂਬਸੂਰਤ ਜਿਹੇ ਹੀਰੋ ਨਾਲ। ਅੱਲਾ ਹਾਫਿਜ਼।